ਓ ਅਜੇ ਬਸ ਕਰੋ ਬਸ ਕਰੋ, ਅਸਾਂ ਨੂੰ ਤੁਸੀਂ ਥਕਾਈ ਛੋੜਨਾ ਜੇ, ਕਿੰਨਾ ਕੁ ਡਾਂਸ ਕਰਾਓਗੇ? ਤੁਸੀਂ ਲੋਕ ਆ ਗਏ ਦੈਨਿਕ ਸਵੇਰਾ ਟੀ ਵੀ ਦੇਖ ਰਹੇ, ਦੇਸ਼ ਵੀ ਦੇਖਦੇ, ਸਾਰੇ ਦਰਸ਼ਕਾਂ ਨੂੰ ਰਾਜਾ ਬੇਟਾ ਵੱਲੋਂ ਬਹੁਤ ਬਹੁਤ ਪਿਆਰ ਅਤੇ ਸਤਿ ਸ਼੍ਰੀ ਅਕਾਲ। ਤੁਸੀਂ ਵੀ ਸੋਚਦੇ ਹੋਵੋਗੇ ਕਿ ਰਾਜਾ ਬੇਟਾ ਭੰਗੜੇ ਦੀ ਪ੍ਰੈਕਟਿਸ ਕਿਉਂ ਕਰਦਾ ਪਿਆ ਸੀ? ਹੁਣ ਦੱਸਦਾ, ਇੱਕ ਮਿੰਟ, ਇਹ ਹੁਣ ਕਿੱਦਾਂ ਦੱਸ ਦੇਵਾਂ, ਵੀਡੀਓ ਪੂਰੀ ਦੇਖ ਤਾਂ ਲਓ, ਸਾਰੀਆਂ ਖਬਰਾਂ ਵੇਖ ਤਾਂ ਲਓ, ਰਾਜਾ ਬੇਟਾ ਅਖੇਰ 'ਚ ਦੱਸੇਗਾ ਕਿ ਭੰਗੜੇ ਦੀ ਪ੍ਰੈਕਟਿਸ ਰਾਜਾ ਬੇਟਾ ਕਿਉਂ ਕਰ ਰਿਹਾ ਸੀ। ਰਾਜਾ ਬੇਟਾ ਉਹ ਮੱਖਣਾਂ, ਉਹ ਮੇਜ਼ ਮੱਖਣਾਂ, ਕਿਆ ਬਾਤ ਹੈ। ਯੋਜੋ ਹਨੀ ਸਿੰਘ ਵੀਰ ਜੀ ਨੇ ਬਹੁਤ ਸੋਹਣਾ ਗਾਣਾ ਬਣਾਇਆ ਸੀਗਾ, ਅਤੇ ਹੁਣ ਯੋਜੋ ਹਨੀ ਸਿੰਘ ਵੀਰ ਜੀ ਫਿਰ ਇੱਕ ਹੋਰ ਨਵਾਂ ਗਾਣਾ ਲੈ ਕੇ ਆ ਰਹੇ ਨੇ। ਇਸ ਬਾਰੇ 'ਚ ਇਨਫੋਰਮੇਸ਼ਨ ਯੋਜੋ ਹਨੀ ਸਿੰਘ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਅਤੇ ਇੱਕ ਵੀਡੀਓ ਪਾ ਕੇ ਦੇ ਛੋੜੀ 'ਚ। ਤੁਹਾਨੂੰ ਦੱਸ ਦਈਏ ਕਿ ਯੋਜੋ ਹਨੀ ਸਿੰਘ ਦਾ ਗਾਣਾ ਕਿਸੇ ਪੁਰਾਣੇ ਗਾਣੇ ਦਾ ਰੀਮੇਕ ਹੋਏਗਾ। ਇਸ ਵੀਡੀਓ ਨੂੰ ਪੋਸਟ ਕਰਦਿਆਂ ਯੋਜੋ ਹਨੀ ਸਿੰਘ ਵੀਰ ਜੀ ਨੇ ਲਿਖਿਆ ਹੈ, ਗੈਸ ਮਾਈ ਨਿਊ ਸੌਂਗ, ਇਟਸ ਅ ਰੀਮੇਕ, ਸ਼ੂਟਿੰਗ ਦਿਸ ਮੰਥ, ਯੋਯੋ ਹਨੀ ਸਿੰਘ, ਹੈਸ਼ਟੈਗ ਯੋਯੋ। ਵੈਸੇ ਜਦ ਰਾਜਾ ਬੇਟਾ ਨੇ ਯੋਯੋ ਹਨੀ ਸਿੰਘ ਦੀ ਇਸ ਵੀਡੀਓ ਨੂੰ ਵੇਖਿਆ ਸੀ ਤਾਂ ਵੀਡੀਓ ਦੇ ਵਿੱਚ ਪਿੱਛੇ ਗਾਣਾ ਚੱਲਦਾ ਪਿਆ ਸੀ, ਦਿਲ ਦਾ ਪਤਾ ਨਹੀਂ ਤੇਰਾ ਕਿਹੋ ਜਿਹਾ ਆਉਣਾ, ਮੈਂ ਤਾਂ ਮੁਖੜਾ ਦੇਖ ਕੇ ਮਰ ਗਿਆ ਸੀ। ਜਿਸ ਤੋਂ ਰਾਜਾ ਬੇਟਾ ਨੇ ਇੱਕ ਹਿਸਾਬ ਲਗਾਇਆ ਕਿ ਸ਼ਾਇਦ ਯੋਯੋ ਹਨੀ ਸਿੰਘ ਦਿਲ ਦਾ ਪਤਾ ਨਹੀਂ ਗਾਣੇ ਦਾ ਰੀਮੈਕ ਬਣਾ ਸਕਦੇ ਨੇ। ਵੈਸੇ ਇੱਕ ਗੱਲ ਨੋਟ ਕਰਨ ਵਾਲੀ ਜੇ, ਜਦੋਂ ਦਾ ਯੋਯੋ ਹਨੀ ਸਿੰਘ ਵੀਰ ਜੀ ਵਾਪਸ ਆਏ ਨੇ ਉਦੋਂ ਦੇ ਕੋਈ ਨਾ ਕੋਈ ਨਵਾਂ ਪਟਾਕਾ ਛੱਡੇ ਜਾਂਦੇ ਨੇ, ਜਿਸ ਕਰਕੇ ਠਾਹ ਕਰਕੇ ਆਵਾਜ਼ ਆਉਂਦੀ ਜੇ। ਇਹ ਡਿਸਕੋ, ਤੁਸੀਂ ਵੀ ਸੋਚਦੇ ਹੋਵੋਗੇ ਕਿ ਰਾਜਾ ਬੇਟਾ ਕੀ ਕਰ ਰਿਹਾ। ਰਾਜਾ ਬੇਟਾ ਅਸਲ 'ਚ ਤਿਆਰੀ ਕਰਦਾ ਪਿਆ ਸਿੱਪੀ ਗਿੱਲ ਦੇ ਨਵੇਂ ਗਾਣੇ ਦੇ ਸ਼ੂਟ ਦੀ, ਕਿਉਂਕਿ ਸਿੱਪੀ ਗਿੱਲ ਦੇ ਨਵੇਂ ਗਾਣੇ ਦਾ ਸ਼ੂਟ ਸ਼ੁਰੂ ਹੋ ਗਿਆ ਜੇ, ਜਿੱਦਾਂ ਨਾਮ ਹੈ ਬਲੱਡ ਲਾਈਨ, ਅਤੇ ਇਸ ਵੀਡੀਓ ਦੇ ਵਿੱਚ ਤੁਸੀਂ ਹਥਿਆਰਾਂ ਨੂੰ ਖੂਬ ਦੇਖੋਗੇ, ਇੱਥੇ ਐਡੀ ਵੱਡੀ ਗੰਨ ਲੈ ਕੇ ਖੜੇ ਨੇ ਮੁੰਡੇ, ਅਤੇ ਰਾਜਾ ਬੇਟਾ ਵੀ ਨਿੱਕੀ ਜਿਹੀ ਬੰਦੂਕ ਲੈ ਕੇ ਖੜਾ ਹੋਏਗਾ, ਕਰੇਗਾ ਥਾ ਥਾ। ਤੁਸਾਂ ਨੂੰ ਮਜ਼ਾਕ ਲੱਗ ਰਿਹਾ, ਆ ਵੇਖੋ ਬਲੱਡ ਲਾਈਨ ਦੇ ਸ਼ੂਟ ਦੀ ਵੀਡੀਓ ਵੇਖੋ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਪੀ ਗਿੱਲ ਵੀਰ ਜੀ ਦੇ ਨਵੇਂ ਗਾਣੇ ਬਲੱਡ ਲਾਈਨ ਦਾ ਸ਼ੂਟ ਸ਼ੁਰੂ ਹੋ ਗਿਆ, ਤੇ ਇਸ ਵੀਡੀਓ ਦੇ ਵਿੱਚ ਇਤਨੀਆਂ ਵੱਡੀਆਂ ਵੱਡੀਆਂ ਬੰਦੂਕਾਂ ਦਿਖਾਈਆਂ ਜਾ ਰਹੀਆਂ ਨੇ, ਜਿਸ ਤੋਂ ਰਾਜਾ ਬੇਟਾ ਨੇ ਅੰਦਾਜ਼ਾ ਲਗਾਇਆ ਕਿ ਇਹ ਵਾਲਾ ਗਾਣਾ ਵੀ ਟਾਈਗਰ ਲਾਈਵ ਗਾਣੇ ਦੀ ਤਰ੍ਹਾਂ ਥੋੜਾ ਜਿਹਾ ਚੱਕਵਾ ਜਿਹਾ ਹੋਏਗਾ। ਸ਼ੂਟ ਹੋ ਰਿਹਾ ਸ਼ੌਂਕ ਜੱਟਾਂ ਨੂੰ ਗੰਨਾ ਦਾ, ਮਿਸਟਰ ਹੈਰੀ ਪੱਟੀ ਇਨ ਦੇ ਹਾਊਸ, ਬੈਕ ਟੂ ਬੈਕ ਗਰਮੀ ਚ ਜੈਕਟਾਂ ਪਾਈ ਫਿਰਦਾ, ਇਸ ਤੋਂ ਬਾਅਦ ਇੱਕ ਸੀਕੁਐਂਸ ਹੋਰ ਨਹੀਂ ਹੈਗਾ,
ਫਿਰ ਗਾਣਾ ਕੰਪਲੀਟ ਹੋ ਜਾਣਾ, ਮਤਲਬ ਫਿਰ ਵੀ ਰਾਤ ਦੇ ਵੱਜ ਜਾਣਗੇ, ਬੱਚੇ ਕੀ ਜਾਣ ਲੋਗੇ ਵੈਸੇ ਇੱਕ ਗੱਲ ਮੰਨਣ ਵਾਲੀ ਚ ਹੈ, ਇੰਨੇ ਹਥਿਆਰ ਵੀਡੀਓ ਚ ਦਿਖਾਉਣ ਨਾਲੋਂ ਚੰਗਾ ਇਹ ਹੋਏਗਾ ਕਿ ਅਸੀਂ ਸਾਰੇ ਹਥਿਆਰ ਲੈ ਕੇ ਦੇਸ਼ ਦੀ ਸਰਹੱਦ ਤੇ ਖੜ ਜਾਈਏ, ਤਾਂ ਕਿ ਕੋਈ ਵੀ ਦੁਸ਼ਮਣ ਸਾਡੇ ਵੱਲ ਅੱਖ ਚੁੱਕ ਕੇ ਕਦੇ ਵੇਖ ਨਾ ਸਕੇ। ਤੁਸੀਂ ਵੀ ਸੋਚਦੇ ਹੋਵੋਗੇ ਕਿ ਰਾਜਾ ਬੇਟਾ ਇੰਨੇ ਇਮੋਸ਼ਨਲ ਕਿਉਂ ਹੋ ਗਿਆ। ਰਾਜਾ ਬੇਟਾ ਇਸ ਕਰਕੇ ਇਮੋਸ਼ਨਲ ਹੋ ਗਿਆ ਜੇ ਕਿਉਂਕਿ ਕੁਲਵਿੰਦਰ ਬਿੱਲਾ ਵੀਰ ਜੀ ਨੇ ਰਾਜਾ ਬੇਟਾ ਨੂੰ ਇਮੋਸ਼ਨਲ ਕਰ ਛੋੜਿਆ। ਕੁਲਵਿੰਦਰ ਬਿੱਲਾ ਵੀਰ ਜੀ ਦੀ ਇੱਕ ਅਜਿਹੀ ਵੀਡੀਓ ਰਾਜਾ ਬੇਟੀ ਨੇ ਵੇਖੀ ਹੈ ਜਿਸ ਨੂੰ ਦੇਖ ਕੇ ਰਾਜਾ ਬੇਟਾ ਖੂਬ ਇਮੋਸ਼ਨਲ ਹੋਇਆ ਅਤੇ ਇੱਕ ਖਿਆਲ ਵੀ ਆਇਆ ਜੇ ਅਸਾਂ ਕੋ ਬਿਆਨ ਨਹੀਂ ਹੋਣਾ, ਤੁਸੀਂ ਆਪੇ ਵੇਖਿਓ ਵੀਡੀਓ ਦੇ ਵਿੱਚ ਕੀ ਹੈਗਾ ਜੇ। ਇਸ ਵੀਡੀਓ ਦੇ ਵਿੱਚ ਕੁਲਵਿੰਦਰ ਬਿੱਲਾ ਨੇ ਇੱਕ ਅਜਿਹੇ ਮੁੰਡੇ ਦੀ ਮਦਦ ਕੀਤੀ ਜੋ ਕਿ ਸਮਾਨ ਵੇਚ ਕੇ ਈਦ ਦੇ ਉੱਤੇ ਆਪਣੇ ਕੱਪੜੇ ਲੈਣ ਲਈ ਪੈਸੇ ਇਕੱਠੇ ਕਰਦਾ ਫਿਰਦਾ ਸੀ ਅਤੇ ਕੁਲਵਿੰਦਰ ਬਿੱਲਾ ਵੀਰ ਜੀ ਨੇ ਆਖਿਆ ਕਿ ਤੂੰ ਹੁਣ ਸਮਾਨ ਨਹੀਂ ਵੇਚਣਾ, ਤੇਰੀ ਮਦਦ ਮੈਂ ਕਰੂੰਗਾ। ਕੁਲਵਿੰਦਰ ਬਿੱਲਾ ਵੀਰ ਜੀ ਦੀ ਇਹ ਗੱਲ ਸੁਣ ਕੇ ਰਾਜਾ ਬੇਟਾ ਦੀ ਅੱਖਾਂ ਬਾਹਰ ਆਈਆਂ ਨੇ। ਤੁਸੀਂ ਆਪ ਹੀ ਵੇਖੋ ਕੁਲਵਿੰਦਰ ਬਿੱਲਾ ਦੀ ਇਸ ਵੀਡੀਓ ਨੂੰ। ਆਪਣਾ ਨਾਮ ਗੁਰਿੰਦਰ ਬਿੱਲਾ, ਆਪਕੋ ਵਹਾਂ ਪੇ ਦੇਖਾ ਥਾ ਕਾਲਾ ਗ੍ਰਾਮ ਕੇ ਸਾਹਮਨੇ ਗਾਣੇ ਆਨੇ ਸਭ ਗਾਏ ਥੇ, ਕੱਢਦੇ ਮਹੀਨੇ ਵਾਰ ਸੰਗ ਸੰਗ ਕੇ ਪੱਟੀ ਨਹੀਂ ਹੋ ਜਾਣੇ ਕੋ ਖੰਗ ਖੰਗ ਕੇ ਦੱਸਦੀ ਤੋ ਪੈਂਦੀ ਹੈ ਤੋ ਗਲੇ ਚੱਲਦੀ ਕਬੂਤਰੀ ਦਾ ਵਾਜਾ ਮਾਰਦਾ ਸੀ ਆਪਕੋ ਡੀਜੇ ਵੱਜਦਾ, ਉਹ ਡੀਜੇ ਵੱਜਦਾ ਨੀ ਆਉਣੇ ਵਾਲੇ ਆ ਕਿ ਰੇਰ ਮੈਂ ਬਾਂਹ ਫੜ ਕੇ। ਕਿਆ ਬਾਤ ਹੈ ਯਾਰ, ਅੱਛਾ ਬੰਦਾ ਯਾਰ, ਤੇਰਾ ਨਾਮ ਕਿਆ ਹੈ? ਕਲ ਬੇਚਣਾ, ਠੀਕ ਹੈ? ਅਬ ਘਰ ਜਾਣਾ, ਮੈਂ ਆਪਕੋ ਪੈਸੇ ਦੇਤਾ ਹੂੰ, ਇੰਜੋਏ ਕਰਨਾ, ਠੀਕ ਹੈ? ਅਗਰ ਮੁਝੇ ਦੇਖ ਗਿਆ ਫਿਰ ਮੈਂ ਮਾਰੂੰਗਾ। ਹਮਾਰਾ ਤਿਉਹਾਰ ਆਣਾ ਹੈ, ਇਹ 6 ਤਾਰੀਖ ਕੋ ਈਦ ਆ ਰਹੀ ਹੈ। ਹਾਂ ਇਨਸਾਨਾਂ ਦੀ ਮਦਦ ਕਰੇ ਨਾ ਤੇ ਇਸ ਦੇਸ਼ ਦਾ ਬਹੁਤ ਜ਼ਿਆਦਾ ਭੱਲਾ ਹੋ ਜਾਏਗਾ, ਇਨਸਾਨੀਅਤ ਦਾ ਬਹੁਤ ਭੱਲਾ ਹੋਏਗਾ। ਤਾਂ ਸਵੇ ਸੋਚਦੇ ਹੋਵੋਗੇ ਕਿ ਰਾਜਾ ਬੇਟਾ ਕੀ ਕਰ ਰਿਹਾ। ਰਾਜਾ ਬੇਟਾ ਕਰ ਰਿਹਾ ਤਿਆਰੀ ਦਿਲਜੀਤ ਦੋਸਾਂਝ ਦੇ ਰੋਡ ਟੂਰ ਦੀ, ਕਿਉਂਕਿ ਦਿਲਜੀਤ ਦੋਸਾਂਝ ਵੀਰ ਜੀ ਨੇ ਵੀ ਆਪਣੇ ਰੋਡ ਟੂਰ ਦੀ ਤਿਆਰੀ ਕਰ ਛੋੜੀ ਜੇ। ਜੀ ਹਾਂ, ਦਿਲਜੀਤ ਦੋਸਾਂਝ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਵੀਰ ਜੀ ਦਾ ਬੈਂਡ ਜਿਹੜਾ ਹੈ ਰੋਡ ਟੂਰ ਦੀ ਤਿਆਰੀ ਕਰ ਰਿਹਾ। ਕਿਸ ਤਰ੍ਹਾਂ ਕਰ ਰਿਹਾ ਤਿਆਰੀ ਤੁਸੀਂ ਆਪੇ ਹੀ ਵੇਖੋ ਇਸ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਦਲਜੀਤ ਦੋਸਾਂਝ ਵੀਰ ਜੀ ਨੇ ਦਿਖਾਇਆ ਕਿ ਉਹਨਾਂ ਦਾ ਬੈਂਡ ਕਿਸ ਤਰ੍ਹਾਂ ਰੋਡ ਟੂਰ ਦੀ ਤਿਆਰੀ ਕਰ ਰਿਹਾ ਹੈ, 1 2 3 4 ਕਰ ਕਰਕੇ ਢੋਲ ਵਜਾ ਰਿਹਾ। ਤੁਸੀਂ ਆਪ ਹੀ ਵੇਖੋ ਇਸ ਵੀਡੀਓ ਦੇ ਵਿੱਚ ਕੀ ਹੋਏਗਾ ਸਪੈਸ਼ਲ ਦਲਜੀਤ ਦੋਸਾਂਝ ਵੀਰ ਜੀ ਦੇ ਰੋਡ ਟੂਰ ਦੇ ਵਿੱਚ। ਕੌਣ ਸਾ ਇੱਕ ਸਾਈਡ 4 ਬਾਰਸ ਐਂਡ ਦੈਨ ਹੀ ਕੈਨ ਐਂਟਰ ਥੋੜਾ ਸਾ ਨਾ ਕੁਰਸ ਕੇ ਸਾਥ ਹੈ ਸਹੀ ਆਈ ਆਈ ਫੀਲ ਬਿਕੋਜ਼ ਯੂ ਬਿਕੋਜ਼ ਦ ਲੋਡ ਇਜ਼ ਡਿਫਰੈਂਟ ਫਰਮ ਦ
ਜਿਸ ਤਰ੍ਹਾਂ ਦਲਜੀਤ ਦੋਸਾਂਝ ਵੈਰ ਸੀ ਆਪਣੇ ਬੈਂਡ ਦੇ ਨਾਲ ਆਪਣੇ ਰੋਡ ਟੂਰ ਦੀ ਤਿਆਰੀ ਕਰ ਰਹੇ ਨੇ, ਉਸੇ ਤਰ੍ਹਾਂ ਰਾਜਾ ਬੇਟਾ ਵੀ ਹੁਣ ਭੰਗੜਾ ਕਰਕੇ ਰੋਡ ਟੂਰ ਦੀ ਤਿਆਰੀ ਕਰੇਗਾ। ਇਸੇ ਕਰਕੇ ਰਾਜਾ ਬੇਟਾ ਦੀ ਭੰਗੜਾ ਕਲਾਸ ਦਾ ਟਾਈਮ ਹੋ ਗਿਆ ਜੇ, ਅਤੇ ਰਾਜਾ ਬੇਟਾ ਵੀ ਚੱਲਿਆ ਆਪਣੇ ਭੰਗੜਾ ਕਲਾਸ ਦੇਖਣ। ਅਤੇ ਤੁਸੀਂ ਯਾਦ ਰੱਖਣਾ, ਕੋਈ ਵੀ ਇੰਟਰਟੇਨਮੈਂਟ ਦੀ ਖਬਰ, ਬੋਲੀਵੁੱਡ ਦੀ ਖਬਰ ਅਤੇ ਬੋਲੀਵੁੱਡ ਦੀ ਖਬਰ ਦੇਖਣੀ ਹੋਵੇ ਤਾਂ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਤਦ ਤੱਕ ਲਈ ਰਾਜਾ ਬੇਟਾ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਾ ਬੇਟਾ।